ਉੱਧਰ ਕਾਨਪੁਰ ਸਾਹਿਬ ਦਾ ਭੋਗ ਪੈ ਹਟਿਆ ਅਤੇ ਬਹੁਤ ਵਧੀਆ ਸਾਰਾ ਕੰਮ ਹੋਇਆ ਜੀ। ਬਹੁਤ ਪਰਮਾਤਮਾ ਨੇ ਕਿਰਪਾ ਕੀਤੀ ਆ ਅਤੇ ਦੇਸਾਂ ਪ੍ਰਦੇਸਾਂ 'ਚ ਬੈਠੇ ਤੁਸੀਂ ਸਾਰੇ ਦੇਖ ਰਹੇ ਹੋ, ਲਾਈਵ ਜਾ ਰਿਹਾ ਨਾ ਮੁੰਡੇ ਯੂਟਿਊਬ ਦੇ ਉੱਤੇ, ਤੁਸੀਂ ਲਾਈਵ ਦੇਖ ਰਹੇ ਹੋ ਅਮੈਰੀਕਾ, ਕੈਨੇਡਾ ਜਾਂ ਜਗਤ ਪੰਜਾਬੀ ਟੀ ਵੀ, ਸਾਡੀ ਆਲ ਓਵਰ ਦਾ ਵਰਲਡ, ਸਾਡੇ ਪਿੰਡ ਦੇ ਹੁਸੈਨਪੁਰ ਦੇ ਜਿੰਨੇ ਵੀ ਸਰੋਤੇ ਨੇ ਜਾਂ ਹੋਰ ਵੀ ਜਿਹੜੇ ਜਿਹੜੇ ਦੇਖ ਰਹੇ ਨੇ ਸਾਰੇ ਲੋਕ, ਉਹਨਾਂ ਨੂੰ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅਸੀਂ ਹਰ ਸਾਲ ਇੱਥੇ ਮੇਲਾ ਮਨਾਉਂਦੇ ਹਾਂ ਜੀ। ਅੱਜ ਫਿਰ ਅਸੀਂ, ਇਹ ਮੇਰਾ ਪਿੰਡ ਹੈ ਹੁਸੈਨਪੁਰ, ਔਰ ਅੱਜ ਇਸ ਪਿੰਡ ਵਿੱਚ ਆਣ ਕੇ ਅਸੀਂ ਮੇਲਾ ਮਨਾ ਰਹੇ ਹਾਂ। ਔਰ ਇਸ ਮੇਲੇ ਦੀ ਖੁਸ਼ੀ ਵਿੱਚ ਮੇਲੇ 'ਤੇ ਅੱਜ ਇੱਥੇ ਸਾਡੇ ਹਰਵਿੰਦਰ ਵੀਰ ਜੀ, ਹਰਵਿੰਦਰ ਸਿੰਘ ਜੀ ਵੀਰ, ਜਿਨ੍ਹਾਂ ਦਾ ਮੇਰਾ ਤੁਸੀਂ ਗਾਣਾ ਹਮੇਸ਼ਾ ਹੀ ਸੁਣਦੇ ਹੋ, ਤੂੰ ਤੱਕ ਸੁਣਦੇ ਹਾਂ, ਔਰ ਇਹਨਾਂ ਦਾ ਲਿਖਿਆ ਹੋਇਆ ਹਰਵਿੰਦਰ ਆਖਦਾ ਰਹੀਮਪੁਰੀ ਨਹੀਂ ਇਹ ਹਰੀਮਪੁਰੀ ਨਹੀਂ ਔਰ ਬੁਲਾਓ ਜੀ ਫਤਿਹ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਲਕੀਤ ਸਿੰਘ ਦੇ ਪਿੰਡ ਹੁਸੈਨਪੁਰ ਆਪਾਂ ਇਕੱਠੇ ਹੋਏ ਹਾਂ, ਸਵੇਰੇ ਗੁਰਦੁਆਰਾ ਸਾਹਿਬ ਜੀ ਵਿਖੇ ਖੰਡਪੁਰ ਸਾਹਿਬ ਜੀ ਦੇ ਭੋਗ ਪਏ। ਉਸ ਤੋਂ ਉਪਰੰਤ ਇਹ ਜਿਹੜਾ ਮੇਲਾ, ਜਿੱਦਾਂ ਦੱਸਿਆ ਮਲਕੀਤ ਸਿੰਘ ਨੇ, ਆਪਾਂ ਮੇਲਾ ਮਨਾ ਰਹੇ ਹਾਂ, ਉਸ ਦੇ ਵਿੱਚ ਆਪਾਂ ਖੁਸ਼ੀਆਂ ਦੇ ਵਿੱਚ ਸਾਰੇ ਸ਼ਾਮਿਲ ਹੋਏ ਹਾਂ। ਅਤੇ ਵਡੱਪਣ ਹੈ ਮਲਕੀਤ ਸਿੰਘ ਦਾ ਕਿ ਆਪਣੇ ਨਗਰ ਹੁਸੈਨਪੁਰ ਦੇ ਵਿੱਚ ਜਿਹੜਾ ਜੋੜ ਮੇਲ ਬਣਦਾ ਹੈ, ਇਹਦੇ ਵਿੱਚ ਮੈਂ ਹਮੇਸ਼ਾ ਹੀ ਹਰ ਸਾਲ ਵਿਦੇਸ਼ਾਂ ਤੋਂ ਚੱਲ ਕੇ ਆ ਜਾਂਦੇ ਹਾਂ ਅਤੇ ਆਪਣੇ ਪਿੰਡ ਦੇ ਸਾਰੇ ਪਤਵੰਤੇ ਸੱਜਣਾਂ ਨਾਲ, ਸਾਰੇ ਸੱਜਣਾਂ ਨਾਲ ਮਿਲ ਕੇ ਇਹ ਸਾਰਾ ਮੇਲਾ ਮਨਾਉਂਦੇ ਹਾਂ। ਇਹ ਵੱਡੀ ਗੱਲ ਇਹ ਆ ਕਿ ਜਿੱਥੇ ਆਪਣੇ ਪਿੰਡ ਦੇ ਵਿੱਚ ਇਹ ਆ ਕਿ ਮੇਲ ਕਰਦੇ ਆ, ਸਾਰੇ ਸੱਜਣਾਂ ਨੂੰ ਮਿਲਦੇ ਆ, ਉੱਥੇ ਸਾਡੇ ਵਰਗਿਆਂ ਨੂੰ ਵੀ ਸੱਦ ਲੈਂਦੇ ਆ ਵੀ ਤੁਸੀਂ ਵੀ ਆਓ, ਆਪਾਂ ਸਾਰੇ ਇਸ ਦਿਨ 'ਤੇ ਮਿਲੀਏ। ਤਾਂ ਸਾਡੇ ਤਨ ਭਾਗ ਆ ਕਿ ਅਸੀਂ ਸਾਰੇ ਲੋਕ, ਜਿੰਨੇ ਵੀ ਇੱਕ ਯਾਰੀ ਦੋਸਤੀ ਦੇ ਸਰਕਲ ਵਾਲੇ ਬੰਦੇ ਆ, ਸਾਰੇ ਅਸੀਂ ਇਸ ਦਿਨ ਦੇ ਉੱਤੇ ਇਕੱਠੇ ਹੋ ਜਾਂਦੇ ਹਾਂ। ਇਹ ਮੇਲੇ ਦੀਆਂ ਹੁਸੈਨਪੁਰ ਦੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਬਹੁਤ ਵਧਾਈਆਂ, ਇੱਥੇ ਵੀ ਸਾਰਿਆਂ ਨੂੰ ਵਧਾਈਆਂ। ਜਿੱਥੇ ਮਲਕੀਤ ਸਿੰਘ ਆਇਆ ਤੁਸੀਂ, ਮੇਰਾ ਖਿਆਲ ਫਰੇਮ ਦੇ ਵਿੱਚ ਜੇ ਆ ਰਹੇ ਆ ਤਾਂ ਦਿਆਲਪੁਰੀ ਜੀ ਨੂੰ ਜਰਾ ਮਾਰੇ ਕੈਮਰਾ, ਦਿਆਲਪੁਰੀ ਜੀ ਵੀ ਸਾਡੇ ਕੋਲ ਆਏ ਹੋਏ ਆ, ਮੇਲਿਆਂ ਦੇ ਬਾਦਸ਼ਾਹ। ਇਹਨਾਂ ਨੂੰ ਵੈਸੇ ਮੇਲਾ ਦੇ ਖੜਾਏ, ਇਹਨਾਂ ਨੂੰ ਵੈਸੇ ਵੀ ਪੰਜਾਬ ਦੇ ਵਿੱਚ ਮੇਲਿਆਂ ਦੇ ਬਾਦਸ਼ਾਹ ਕਹੀਦਾ ਆ ਤੇ ਅੱਜ ਇਸ ਮੇਲੇ ਦੀ ਬਾਦਸ਼ਾਹਤ ਖੱਟਣ ਆ ਰਹੇ ਆ। ਮੈਂ ਦਿਆਲਪੁਰ ਨੂੰ ਕਹੂੰਗਾ ਤੂੰ ਫਤਿਹ ਬੁਲਾਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਸਾਡੇ ਉਸਤਾਦ ਸ਼੍ਰੀ ਮਲਕੀਤ ਸਿੰਘ ਗੋਲਡਨ ਸਟਾਰ, ਉੱਥੇ ਜਿਹੜਾ ਕੁਛ ਸੀ, ਮੈਂ ਹਰੇਕ ਇੰਟਰਵਿਊ 'ਚ ਦੱਸ ਦੇਵਾਂ ਕਿ ਬਹਿਣਾ, ਉੱਠਣਾ, ਚੱਲਣਾ, ਫਿਰਨਾ ਅਤੇ ਮਾਈਕ ਫੜਨਾ, ਕੱਪੜੇ ਪਾਉਣਾ ਅਤੇ ਬੋਲਣਾ ਸਿੱਖਿਆ ਉਹ ਗੋਲਡਨ ਸਟਾਰ ਮਲਕੀਤ ਸਿੰਘ ਭਾਅ ਜੀ, ਕਿਉਂਕਿ ਲਾਜਪੁਰ ਖਾਲਸਾ ਕਾਲਜ ਦੇ ਵਿੱਚ ਮੈਂ ਵੀ ਪੜ੍ਹਿਆ ਅਤੇ ਜਿਹਨਾਂ ਨੇ ਉੱਥੇ ਸਾਨੂੰ ਆਸ਼ੀਰਵਾਦ ਦਿੱਤਾ, ਡਾਕਟਰ ਇੰਦਰਜੀਤ ਸਿੰਘ, ਉਹਨਾਂ ਨੂੰ ਅੱਜ ਅਸੀਂ ਵੀ ਫਿਰ ਯਾਦ ਕਰਦੇ ਹਾਂ। ਔਰ ਮੇਰੇ ਨਾਲ ਮੇਰਾ ਭਰਾ ਵੱਡਾ ਗੱਬੀ ਵੀ ਖੜਾ, ਹੁਣੇ ਹੀ ਬੌਲਦਾਂ ਦੀ ਦੌੜਾ ਹੋ ਰਹੀਆਂ ਨੇ ਇਸ ਹੁਸੈਨਪੁਰ, ਜਿਹੜਾ ਕਿ ਭਾਅ ਜੀ ਹੁਣਾਂ ਦਾ ਇੱਥੇ ਦੌਲਤਖਾਨਾ ਹੈ, ਉਸ ਅਸੀਂ ਇਕੱਠੇ ਹੋ ਕੇ ਰਲ ਕੇ ਹੁਣੇ ਪਕੌੜੇ ਛੱਕ ਕੇ ਹਟੇ ਹਾਂ ਅਤੇ ਨਾਲ ਦੀ ਨਾਲ ਹੁਣ ਬੌਲਦਾਂ ਦੀਆਂ ਦੌੜਾਂ ਹੋ ਰਹੀਆਂ। ਆਪਾਂ ਬੌਲਦਾਂ ਦੀਆਂ ਦੌੜਾਂ ਵੀ ਤੁਹਾਨੂੰ ਦਿਖਾਲਾਂਗੇ, ਕਿਉਂਕਿ ਇਹ ਵਰਲਡ ਵਿੱਚ ਪਿੰਡ ਦਾ ਨਾਮ ਜਾਂਦਾ ਜਦੋਂ ਹੁਸੈਨਪੁਰ ਦਾ ਨਾਂ ਲਈਏ, ਅਤੇ ਗੋਲਡਨ ਸਟਾਰ ਮਲਕੀਤ ਸਿੰਘ ਦਾ ਜਦੋਂ ਨਾਮ ਜਾਂਦਾ ਤਾਂ ਸਾਡੀ ਆਪਣੇ ਆਪ 'ਚ ਹਿੱਕ ਚੌੜੀ ਹੋ ਜਾਂਦੀ ਹੈ, ਕਿਉਂਕਿ ਸਾਡਾ ਸਾਰਿਆਂ ਦੇ ਪਿਤਾਮਾ ਡਾਕਟਰ ਇੰਦਰਜੀਤ ਸਿੰਘ, ਜਿਹੜੇ ਉਹਨਾਂ ਨੂੰ ਅਸੀਂ ਸਵਰਗਵਾਸੀ ਨਹੀਂ ਕਹਿ ਸਕਦੇ, ਕਿਉਂਕਿ ਉਹਨਾਂ ਦਾ ਸਾਡੇ 'ਤੇ ਆਸ਼ੀਰਵਾਦ ਆ, ਹਮੇਸ਼ਾ ਹਮੇਸ਼ਾ ਰਹੂਗਾ। ਸਤਿਕਾਰਯੋਗ ਮਲਕੀਤ ਸਿੰਘ, ਸਤਿਕਾਰਯੋਗ ਵੀਰ ਹਰੀਮਪੁਰੀ ਸਾਹਿਬ, ਗਾਬੀ ਭਾਅ ਜੀ, ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੇ ਛੋਟੇ ਬ੍ਰਦਰ ਜੀ, ਪ੍ਰਤਾਪਰ ਸਿੰਘ, ਔਰ ਇਹ ਸਾਡੇ ਬਾਬਾ ਜੀ ਛੋਟੇ ਬ੍ਰਦਰ। ਮੇਰਾ ਸਰਨਾਮ ਹੈ ਜੀਤਾ, ਸਾਡੀ ਮਾਸੀ ਦਾ ਮੁੰਡਾ ਵੀ ਆ ਤੇ ਹਾਂ ਉਹ ਵਾਸਦੇਵ ਦੇ ਗਏ ਬੇਟੇ ਡਾਕਟਰ ਵਾਸ ਹੈਗਾ ਨਾ, ਮੇਰੇ ਤੋਂ ਬਹੁਤ ਛੋਟਾ। ਹਾਂ ਤੇ ਆ ਰਿਹਾ ਤੁਹਾਡਾ ਪਾਣੀ ਦੇ ਦੇ ਨਾ ਤੁਹਾਨੂੰ ਦੇ ਦੇ ਆ ਆਪਾਂ ਲੈ ਟਿਪ ਡੈ ਰਹਿੰਦੇ ਆਹ ਇੱਧਰ ਵੀ ਨਹੀਂ ਯਾਰ ਆ ਗਿਆ ਸਰ ਹਾਂ ਇੱਧਰ ਮਿਲ ਗਈ ਤੇ ਲਗਾ ਅੱਜ ਦੇ ਇਸ ਜੋੜ ਮੇਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਾਡੇ ਪੂਰੇ ਅਸੀਂ ਪਰਿਵਾਰਾਂ ਸਮੇਤ ਸ਼ਾਮਲ ਹੁੰਦੇ ਹਾਂ। ਹਾਂਜੀ ਹਾਂ ਇਹ ਮੇਰਾ ਪਰਿਵਾਰ ਹੈ ਜਿਹੜਾ ਮੇਰੇ ਨਾਲ ਆਇਆ ਹੋਇਆ ਹੈ। ਹਾਂ ਭਾਬੀ ਜੀ ਹਰ ਸਪੈਸ਼ਲ ਪਹੁੰਚੇ, ਓ ਅਰੇ ਭਾਬੀ ਜੀ ਦਾ ਬਹੁਤ ਧੰਨਵਾਦ। ਇਹ ਨਾ ਬੰਦਾ ਦੀ ਗਲਤੀ ਆ ਕਿ ਜਿਹਦਾ ਨਾਂ ਨਹੀਂ ਲਿਆ ਸਕਦਾ, ਇਹ ਹਰਵਿੰਦਰ ਵੀਰ ਜੀ ਦੇ ਵਾਈਫ ਨੇ, ਔਰ ਸਾਡੇ ਸਤਿਕਾਰਯੋਗ ਭਰਜਾਈ ਜੀ ਨੇ, ਔਰ ਮੇਰੇ ਤੋਂ ਵੱਡੇ ਨੇ, ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ। ਇਹ ਬਹੁਤ ਜ਼ਰੂਰੀ ਹੈ ਹੈਗਾ, ਇਹ ਵੀ ਵੱਡਾ ਆ ਪਰ ਉਹਦਾ ਮਾਸੀ ਦਾ ਪੁੱਤ, ਮਾਸੀ ਦਾ ਪੁੱਤ ਕਰਕੇ ਛੋਟਾ। ਵੈਸੇ ਵੀ ਮਲਕੀਤ ਵੱਡਾ ਵੀ ਹੋਵੇ ਸਾਡੇ ਤੋਂ ਛੋਟਾ ਹੀ ਲੱਗਦਾ ਰਹਿਣਾ ਦੇਖਣ ਨੂੰ, ਕਿਉਂਕਿ ਅਸੀਂ ਚਿੱਟੇ ਰਹਿਣਾ, ਇਹਨੇ ਪਤਾ ਨਹੀਂ ਇੱਦਾਂ ਰਹਿਣਾ। ਜੀ ਮੁੰਡਿਆਂ ਦੀ ਵੀ ਬਹੁਤ ਮਿਹਨਤ ਆ ਤੁਹਾਡਾ, ਕਿਹੜਾ ਚੈਨਲ ਕਿਹੜਾ? ਜਗਤ ਪੰਜਾਬੀ ਟੀ ਵੀ, ਜਗਤ ਪੰਜਾਬੀ ਟੀ ਵੀ, ਜਗਤ ਪੰਜਾਬੀ ਜਿਹੜਾ ਮਾਧਿਅਮ ਆਪਣਾ ਬਣਿਆ ਗੱਲ ਕਰਨ ਦਾ, ਹੁਣ ਇਹਨਾਂ ਦਾ ਆਪਣਾ ਨਾਲ ਬਹੁਤ ਜਗਤ ਪੰਜਾਬੀ ਅਤੇ ਤੁਸੀਂ ਇਹਨੂੰ ਲਾਈਵ ਦੇਖ ਲੈਣ, ਬਾਅਦ 'ਚ ਵੀ ਸਾਰੀ ਉਮਰ ਲਈ ਤੁਸੀਂ, ਔਰ ਬਹੁਤ ਮੁੰਡੇ ਮਿਹਨਤ ਕਰ ਰਹੇ ਆ,
और हुण इस तों बाद बलदां दीआं दौड़ां होण लगियां, जोगां शुरू होण लगियां, ते ओह जोगां भी तुहानूं सारी दिखाउंगे क्योंकि साडे पंजाब दा कल्चर है, ये बहुत साडा सभ्याचार है। तो हुण हालांकि जिहड़े खूह आ ओह सुक गए ने, टिंडा भी नहीं है, वो गल तो नहीं है, पर असी एक ट्रडिशन जिहड़ा पिछों चलता आ रहा, कहते नहीं अपने गाने भी सारे फोक ने पुराने, आ जा तूतां वाले खूह ते अज हम तुम्हें खूह दे पंजाब मेरा रहे वसदा फुल खेड़िया सब दे भुली जाते विरसा पंजाब दा, जम्मे जाए रंगले पंजाब दे, पर असी विरसा नहीं भुले, असी उस तरह ही मेले नूं जीवित रख्या। और हुण बलदां दी 40 साल हो गए आपां नूं इस पिंड आउंदे जांदे, 40 सालां तों इह जिहड़ा बलदां दी दौड़ वाला पहला प्रोग्राम जोगां कहिंदा आपां, पर फिर भाजी जोतां जोत के क्योंकि आपां जगत पंजाबी दे राहीं दस रहे हां लोकां नूं, जिन्ने वी दे वेयरशिप सारे मेले कवर करदे ने, काफ़ी कल परसों खानपुर बहुत वड्डा मेला कवर करके आए हैं, तो गोडे गोडे का अज साडे उस्ताद नूं पर तुसी जिन्ने भी देख रहे हो सुन रहे हो, उस्ताद जी वल्लों बेनती है कि तुसी सारे जिन्ने पंजाबी हो अपने वतना नूं परतो, पिंडां च परतो, टूरनामेंट और सभ्याचारक मेले और इदां दे सालाना जोड़ मेले जरूर कराने चाहिए आ, क्योंकि जिहड़े इत्थों दे लोक ने वो अपने जिहड़े बच्चे ने फॉरन के भी जिहड़े बच्चे आ वो साडे कल्चर नाल जुड़नगे, सभ्याचार नाल जुड़नगे, ये बहुत वधिया गल आ। जिदां मैं अपने नाल लिया ना जिदां खूह टिंडा, हुण मेरा ख्याल आ कि अपने पीढ़ी नूं टिंडा पता, साडे बच्चों नूं बहुत घट पता टिंडा की हुंदी आ, खूह की हुंदा, हल्ट की हुंदा, इह चकला मतलब बेण ना उह की हुंदा, बैड की हुंदा, सो सारी जिहड़ी आ उह आपां कल्चर बच्चों नूं भी दिखा लईए। जे पहले हुंदा इह खूह चलणे दूरों पता लगदा टक 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 टक, ओह ओह कुत्ते दी चलदी ओहदे नाल उठदे हुंदे सी कि मतलब कहना खूह जुड़ गया। हाँ, तो इतने जो पिंड चाहिदा, तो जो सवेरे सवेरे गुरुद्वारे भाई बोलते हैं जो पाठ हों कि वधिया लगता, बहुत सोहना लगता। सो प्रदेशों बैठे आप इस चीज़ को बहुत मिस करते हैं, मैं भी परसों ही आया क्योंकि परसों ही खानपुर साहब शुरू हुए स्पैशली इस मेले से आया, और वाहगुरु सच्चे पातशाह साडी हाजिरी ला। मैं तो एक गल जानता, मतलब कि चाहे शहर रहो बाहर पिंडा चो आके, चाहे विदेश चले जाओ जिते भी चले जाओ, जो बंदा मुड़ के अपने पिंड आता है, जो मुड़ के अपने वतन आता है, कह लो जो शब्द वधिया जो शब्द कहने कहने जो अपने वतन आता है, लेकिन सच्चाई है कि जो अपने पिंड में आता समझो अपने वतन। कल मैं वीर जी कल मैं ना सारी भी दे विच दी गेड़ा कढ़ के आया, मैनूं अद्धे अद्धे घरां दा नहीं सी पता ये घर की दा है। देखो ना हुण जिन्ने जिद्दां इहने शब्द वरत्या वी 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 है ना, यही पता लगे ये बच्चे अंदर आपां लै के आवांगे पंजाब दे विच जां गलबात करांगे फिर ही पता लगना इहनां चीज़ां। और ये हुण साडा एक होर भी जिद्दां जगत पंजाबी ने इहनां ने मुंडिआं ने चैनल बणाया, और ये होर भी वधिया साध रहे कि तुसीं सारी दुनिया च बैठ के मेला देख सकदे आ, सारी दुनिया च बैठ के गल इक दूजे नाल जुड़े रहिंदे आ, जुड़े रहिंदे हूँ आप गल करते इदा लगता जब पिंड की सत्थ च बैठे। वीर भाजी आप गलते भी देख लो कोरोना महामारी तो बाद 2 साल बाद असी इस दरबार से दविंदर दयालपुरी साहब ये अज बीबी रणजीत कौर इन्होंने नाल नहीं आई कल ही गाँव गए उठ के खड़ा हो गए हाँ हाथ रख कर दिए बोली तू भाई ओए बाबा भंगड़ा खुशी दे विच गाउंदा पंजाब मेरा रे है वसदा फुल खिड़िया सारा ने मन पहुंदा ताड़ी मासर दे नाल नाल तुसी साजी अते नहीं लैंदे ओ पीमण मंगदी सी इत्थों नहीं करनी सीगी इस करके नहीं लैंदे उत्तों आ गया दुनिया
ਸਾਡੇ ਮਾਸਟਰ ਜੀ ਪੰਜਾਬੀ ਦੁਨੀਆ ਤੇ ਉੱਚੇ ਨਾ ਕਿਸੇ ਤੋਂ ਘੱਟ ਨੇ ਜਿੱਤਾ ਕਰ ਜਾਇ ਉਤਾਰ ਇਹ ਪੰਜਾਬੀ ਜੱਟ ਨੇ ਫਿਰ ਦਿਨ ਤੂੰ ਇੰਦਰਪਾਲ ਫਿਰ ਦਿਨ ਤੂੰ ਦੰਗਲ ਕਰਾਉਂਦਾ ਪੰਜਾਬ ਮੇਰਾ ਰਹੇ ਵਸਦਾ ਫੁੱਲ ਖਿੜਿਆ ਤਾੜੀ ਮਾਰ ਦਿਓ ਫੁੱਲ ਖਿੜਿਆ ਸਾਰਾ ਦਾ ਮਨ ਭਾਉਂਦਾ ਪੰਜਾਬ ਮੇਰਾ ਰਹੇ ਪੰਜਾਬੀ ਸੂਰ ਬੀਰ ਜੋਦਾ ਨਾ ਕਿਸੇ ਤੋਂ ਡਰਦਾ ਮਲਕੀਤ ਰਹੂ ਸਦਾ ਗੁਣੇ ਤੇ ਗਾਉਂਦਾ ਭਾਈਆ ਪੰਜਾਬ ਹੁਣ ਤੋਂ ਕਿਸੇ ਭਾਜੀ ਪੰਜਾਬ ਮੇਰਾ ਰਹੇ ਵਸਦਾ ਫੁੱਲ ਖਿੜਿਆ ਸਰਾਂ ਦਾ ਮਨ ਭਾਉਂਦਾ ਇਹਦੇ ਜਾਣ ਲੱਗੇ ਨੇ ਵੀ ਲੈਣੇ ਨਾ ਪੰਜਾਬ ਮੇਰਾ ਰਹੇ ਵਸਦਾ ਪੰਜਾਬ ਮੇਰਾ ਰਹੇ ਵਸਦਾ ਪੰਜਾਬ ਮੇਰਾ ਰਹੇ ਵਸਦਾ ਸ਼ੁਰੂਆਤ ਵੀ ਹੋ ਗਈ ਉਸਤਾਦ ਜੀ ਹੋਣਾ ਦਾ ਗਾਇਆ ਤੇ ਵੀਰ ਰਹੀਮਪੁਰੀ ਸਾਹਿਬ ਹੋਣਾ ਦਾ ਲਿਖਿਆ ਇਹ ਵੀ ਜ਼ੋਰਦਾਰ ਤਾੜੀ ਮਾਰ ਦਿਓ ਰਹੀਮਪੁਰੀ ਸਾਹਿਬ ਆਹ ਉਹ ਫਿਰ ਉਹ ਇਸ ਤੇ